ਇੱਕ ਮਨੁੱਖੀ ਤਸਕਰੀ ਆਪਾਂ ਕਹਿ ਸਕਦੇ ਹਾਂ ਜਦੋਂ ਕਿਤੇ ਗੱਲ ਚੱਲਦੀ ਹੈ ਤਾਂ ਬਹੁਤ ਪੁਰਾਣੇ ਜਿਹੇ ਸਮਾਨੇ ਨਾਲ ਚਲੀ ਜਾਂਦੀ ਹੈ ਇਹ ਵੀ ਪਹਿਲਾਂ ਲੋਕਾਂ ਨਾਲ ਹਿਊਮਨ ਟ੍ਰੈਫਿਕਿੰਗ ਆਏ ਹੁੰਦੀ ਸੀ ਪਹਿਲਾਂ ਜ਼ਮਾਨੇ 'ਚ ਆਏ ਹੁੰਦਾ ਸੀ ਪਰ ਅੱਜ ਕੱਲ ਇਹ ਚੀਜ਼ ਬਹੁਤ ਘੱਟ ਮੰਨੀ ਜਾਂਦੀ ਹੈ ਕਿਉਂਕਿ ਹਰ ਕੋਈ ਬੰਦਾ ਆਜ਼ਾਦ ਮੰਨਿਆ ਜਾਂਦਾ ਇਹ ਚੀਜ਼ ਹੋਰਾਂ ਦੇਸ਼ਾਂ 'ਚ ਤਾਂ ਮੰਨਗੇ ਵੀ ਇੱਥੇ ਹੋ ਰਹੀ ਹੈ ਪਰ ਜਦੋਂ ਯੂ ਐਸ ਏ ਦੀ ਗੱਲ ਆਉਂਦੀ ਹੈ ਉੱਥੇ ਤਾਂ ਬਹੁਤ ਐਡਵਾਂਸ ਮੰਨਿਆ ਜਾਂਦਾ ਵੀ ਇੱਥੇ ਤਾਂ ਭਾਈ ਸਾਰੇ ਬੰਦੇ ਆਜਾਦ ਆ ਤੇ ਇਹੋ ਜੀ ਚੀਜ਼ ਨਹੀਂ ਹੋ ਸਕਦੀ ਪਰ ਖਬਰ ਆਈ ਹੈ ਜੀ ਯੂ ਐਸ ਏ ਦੇ ਕਿਸੇ ਸਟੇਟ ਚੋਂ ਉੱਥੇ ਵੀ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ ਤੇ ਕੀ ਸਾਰੀ ਖਬਰ ਹੈ ਜੀ ਹਾਂ ਜੀ ਬ੍ਰਾਦਰ ਸਾਹਿਬ ਖਬਰ ਆ ਰਹੀ ਹੈ ਯੂ ਐਸ ਦੇ ਵੈਸਟ ਅਲਬਾਮਾ ਤੋਂ ਕਿ ਉੱਥੇ ਹਿਊਮਨ ਟ੍ਰੈਫਿਕਿੰਗ ਹੋਈ ਹੈ ਤੇ ਉਹਦੇ ਕੁਝ ਗਰੁੱਪ ਬਸਟ ਹੋ ਗਏ ਨੇ ਸਪੈਸ਼ਲ ਟਾਸਕ ਫੋਰਸ ਬਣਾਈ ਆ ਤੇ ਉਹਨਾਂ ਨੇ ਇੱਕ ਗਰੁੱਪ ਨੂੰ ਪੰਜ ਬੰਦਿਆਂ ਨੂੰ ਫੜ ਲਿਆ ਸੋ ਪੰਜ ਬੰਦਿਆਂ ਤੇ ਚਾਰਜਸ ਲੱਗੇ ਆ ਇਹ ਟਸਕਾ ਲੂਸਾ ਪੁਲਿਸ ਡਿਪਾਰਟਮੈਂਟ ਵੈਸਟ ਅਲਬਾਮਾ ਨੇ ਇਹ ਬੰਦਿਆਂ ਨੂੰ ਫੜਿਆ ਸੋ ਇਹ ਇੱਕ ਅੰਡਰ ਕਵਰ ਆਪਰੇਸ਼ਨ ਸੀਗਾ ਤੇ ਇਹ ਬੰਦੇ ਕਰਦੇ ਕੀ ਸੀ ਬ੍ਰਾਡ ਸਾਹਿਬ ਇਹ ਮਾਈਨਰਸ ਨੂੰ ਫੜਦੇ ਸੀਗੇ ਮਾਈਨਰਸ ਤੋਂ ਕਨਾਉਣੇ ਕੰਮ ਕਰਨ ਲਈ ਇਹਨਾਂ ਨੂੰ ਲੈ ਜਾਂਦੇ ਸੀਗੇ ਜਾਂ ਇਹ ਕਹ ਲਓ ਕਿ ਵੇਚ ਦਿੰਦੇ ਸੀਗੇ ਸੋ ਇਹ ਬੰਦੇ ਲਾਸਟ ਵੀਕ ਪੁਲਿਸ ਨੇ ਫੜਿਆ ਤੇ ਐਸ ਮੰਡੇ ਨੂੰ ਇਹ ਨਿਊਜ਼ ਨੂੰ ਪਬਲਿਕ ਕਰ ਦਿੱਤਾ ਗਿਆ ਸਟੀਫਨੀ ਟੇਲਰ ਸਪੋਕਸਪਰਸਨ ਜਿਹੜੇ ਟਸਕਾ ਲੂਸਾ ਪੁਲਿਸ ਡਿਪਾਰਟਮੈਂਟ ਦੇ ਉਹਨਾਂ ਨੇ ਦੱਸਿਆ ਕਿ ਵੈਸਟ ਅਲਬਾਮਾ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਬਣਾਈ ਗਈ ਸੀ ਇਸ ਟਾਸਕ ਫੋਰਸ ਨੇ ਬੜੀ ਮੁਸਤੈਦੀ ਦੇ ਨਾਲ ਕੰਮ ਕੀਤਾ ਤੇ ਇਹਨਾਂ ਪੰਜ ਬੰਦਿਆਂ ਨੂੰ ਫੜਿਆ ਸੋ ਜਿਹੜੇ ਪੰਜ ਬੰਦਿਆਂ ਨੂੰ ਫੜਿਆ ਬਰਾੜ ਸਾਹਿਬ ਇਹਨਾਂ ਦੇ ਵਿੱਚ ਇੱਕ ਹੈਗਾ ਬੈਂਜਾਮਿਨ ਜਸਟਿਨ ਜੀ ਦੀ ਉਮਰ ਹੈਗੀ ਹੈ 25 ਸਾਲ ਇਹ ਬਰਮਿੰਗਮ ਤੋਂ ਰਿਲੇਟਡ ਬੰਦਾ ਹੈ ਇੱਕ ਹੈਗਾ ਰੇਮੰਡ ਉਮਰ ਇਹਦੀ ਰੇਮੰਡ ਕਲਾਰਕ ਉਮਰ 28 ਸਾਲਾ ਇਹ ਟਸਕਾ ਲੋਸਾ ਦਾ ਹੀ ਸੀਗਾ ਜਾਰਜ ਪ੍ਰਾਟਰ ਇਹ ਇੱਕ 45 ਸਾਲਾਂ ਦਾ ਬੰਦਾ ਹੈ ਜਿਹੜਾ ਟੈਕਸਾਸ ਤੋਂ ਸੀਗਾ ਇੱਕ ਟੈਰੀ ਲਿਓਨ 25 ਸਾਲ ਦਾ ਤੇ ਇੱਕ ਮੈਲਿਕਾ ਇਹਦੀ ਉਮਰ ਮੈਲਿਕਾ ਮੈਕੈਨਿਕ ਇਹਦੀ ਉਮਰ ਜਸਟ 20 ਸਾਲ ਸੀਗੀ ਨਾਰਥ ਪੋਰਟ ਦੇ ਨਾਲੇ ਸੰਬੰਧਿਤ ਬੰਦਾ ਤੇ ਇਹ ਵੀ ਇਸ ਹਿਊਮਨ ਟ੍ਰੈਫਿਕਿੰਗ ਗਰੁੱਪ ਦਾ ਹਿੱਸਾ ਸੀਗਾ ਤੇ ਇਹ ਕੰਮਕਾਰ ਕਰਵਾਉਂਦਾ ਸੀਗਾ ਜਾਂ ਕਹਿ ਲਓ ਕਿ ਮਾਈਨਸ ਨੂੰ ਟਾਰਗੇਟ ਕਰਨਾ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਚਾਂਸੇ ਦੇ ਵਿੱਚ ਲੈ ਕੇ ਆਉਣਾ ਜਾਂ ਉਹਨਾਂ ਨੂੰ ਅਬਡੈਕਟ ਕਰਨਾ ਤੇ ਫਿਰ ਉਹਨਾਂ ਨੂੰ ਵੇਚ ਦੇਣਾ ਸੋ ਇਹਨਾਂ ਨੂੰ ਫੜ ਲਿਆ ਗਿਆ ਤੇ ਹੁਣ ਜੱਜ ਇਹਨਾਂ ਦੇ ਲਈ ਹਰ ਇੱਕ ਬੰਦੇ ਦੇ ਲਈ ਇੱਕ ਵੱਖਰਾ ਜਿਹੜਾ ਬੌਂਡ ਆ ਉਹ ਸੈੱਟ ਕਰੂਗਾ ਤੇ ਹਰੇਕ ਸਸਪੈਕਟ ਦੀ ਬਾਅਦ ਵਿੱਚ ਹੀアリング ਸ਼ੁਰੂ ਕਰ ਦਿੱਤੀ ਜਾਊਗੀ ਜੀ ਡਾਕਟਰ ਸਾਹਿਬ ਜਿਹੜੇ ਮਾਈਨਰ ਆ ਮਾਈਨਰ ਨੂੰ ਹੀ ਜ਼ਿਆਦਾਤਰ ਫੜਦੇ ਆ ਆਪਾਂ ਦੇਖਿਆ ਵੀ ਉਹਨਾਂ ਨੂੰ ਲੈ ਕੇ ਵੇਚ-ਵੁਚ ਦਿੰਦੇ ਆ ਕਿਤਾ ਉਹਨਾਂ ਨੂੰ ਦੁਨੀਆਦਾਰੀ ਦਾ ਘਾਟ ਪਤਾ ਹੁੰਦਾ ਦੂਜੀ ਗੱਲ ਇਹ ਵੀ ਉਹਨਾਂ ਨੂੰ ਇਹੋ ਜਿਹੇ ਮਾਹੌਲ 'ਚ ਰੱਖ ਲੈਂਦੇ ਆ ਵੀ ਉਸ ਮਾਹੌਲ ਦੇ ਮੁਤਾਬਕ ਢਾਲ ਲੈਂਦੇ ਆ ਤੇ ਇਹ ਜਿਹੜਾ ਜਾਦਾ ਚੀਜ਼ ਚੱਲ ਰਹੀ ਆ ਇਹ ਆਪਾਂ ਵੈਸਟ ਬੰਗਾਲ ਤੋਂ ਇੱਕ ਡਾਕੂਮੈਂਟਰੀ ਪੜ੍ਹੀ ਸੀ ਕਿ ਵੈਸਟ ਬੰਗਾਲ ਦੇ ਵਿੱਚ ਜਿਹੜੇ ਉੱਥੇ ਕੁੜੀਆਂ ਹੈਗੀਆਂ ਜਾਂ ਮਾਈਨਰ ਹੈਗੇ ਆ ਉਹਨਾਂ ਨੂੰ ਚੱਕ-ਚੱਕ ਕੇ ਇੰਡੀਆ ਦੀ ਗੱਲ ਕਰ ਰਿਆ ਉਥੋਂ ਚੱਕ-ਚੱਕ ਕੇ ਉਹਨਾਂ ਨੂੰ ਲਿਆ ਕੇ ਹਰਿਆਣਾ ਪੰਜਾਬ ਜਾਂ ਇਹੋ ਜੇ ਵੱਡੇ ਵੱਡੇ ਸ਼ਹਿਰਾਂ 'ਚ ਛੱਡ ਦਿੰਦੇ ਜਿਹੜਾ ਅੱਜਕੱਲ ਕਾਫੀ ਬਦਨਾਮ ਹੈਗਾ ਦਿੱਲੀ ਦਾ ਇੱਕ ਪਤਾ ਨਹੀਂ ਕਿਹੜਾ ਰੋਡ ਵੱਜਦਾ ਤੇ ਜੀ ਵੀ ਰੋਡ ਹਾਂ ਉੱਥੇ ਉਹ ਉੱਥੇ ਵੀ ਛੱਡ ਦਿੰਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਦੁਨੀਆ ਦੇ ਵਿੱਚ ਲੈ ਕੇ ਜਾ ਵਰਦੇ ਤੇ ਬਾਅਦ ਹੌਲੀ 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 ਉਹਨਾਂ ਨੂੰ ਪਹਿਲਾਂ ਰੱਖਦੇ ਹੈਗੇ ਆ ਕਿਤੇ ਚੇਂਜ ਕਰਾਉਂਦੇ ਰਹਿੰਦੇ ਕਿਤੇ ਇੱਥੇ ਰੱਖ ਲੱਗਦੇ ਉੱਥੇ ਰੱਖ ਲੱਗਦੇ ਉੱਥੇ ਰੱਖ ਲਿਆ ਇਹਨਾਂ ਨੂੰ ਐਂ ਲੱਗਦਾ ਜਿਵੇਂ ਜ਼ਿੰਦਗੀ ਆਮ ਹੈਗੀ ਆ ਇਹ ਸੋ ਇਹਦੇ ਬਾਰੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਹੰਦੀ ਬਰਾਦ ਸਾਹਿਬ ਇਹ ਇੱਕ ਬਹੁਤ ਵੱਡਾ ਧੰਦਾ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਇੱਕ ਵਾਰੀ ਜੇ ਕੋਈ ਇੱਕ ਕੇਸ ਨਿਕਲ ਕੇ ਆਉਂਦਾ ਜੇ ਕੋਈ ਢੰਗ ਦੇ ਅਫੀਸਰ ਇੱਕ ਕੇਸ ਨੂੰ ਖੰਗਾਲਦੇ ਤੇ ਉੱਤੋਂ ਲੈ ਕੇ ਥੱਲੇ ਤੱਕ ਸਿਸਟਮ ਦੇ ਬਹੁਤ ਸਾਰੇ ਆਪਣੇ ਹਿੱਸੇ ਆ ਨੰਗੇ ਹੋ ਜਾਂਦੇ ਨੇ ਇੱਕ ਕੇਸ 2016-17 ਦਾ ਕੇਸ ਸੀਗਾ ਯੂਪੀ ਦੇ ਵਿੱਚ ਇੱਕ ਬੰਦਾ ਐਸਾ ਟੀਚਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਭਰਤੀ ਹੁੰਦਾ ਸੀਗਾ ਉਹ ਕਰਦਾ ਕੀ ਸੀਗਾ ਕਿ ਸਕੂਲ ਦੀ ਕਿਸੇ ਮਾਈਨਰ ਨੂੰ ਜਿਹੜੀ 15-17 ਸਾਲ ਦੀ 10th ਦੀ ਪਲੱਸ 1 ਦੀ ਜਾਂ ਪਲੱਸ 2 ਦੀ ਕੋਈ ਸਟੂਡੈਂਟ ਹੁੰਦੀ ਸੀਗੀ ਉਹਨੂੰ ਤੁਸੀਂ ਕਹਿ ਲਓ ਕਿ ਪ੍ਰੇਮਜਾਲ ਦੇ ਵਿੱਚ ਫਸਾ ਲੈਂਦਾ ਸੀਗਾ ਤੇ ਇਹ ਕਹਿੰਦਾ ਸੀਗਾ ਕਿ ਆਪਾਂ ਤੇਰੀ ਘਰੀ ਗੱਲ ਕਰਾਂਗੇ ਪਰ ਨਹੀਂ ਪਹਿਲਾਂ ਆਪਾਂ ਵਿਆਹ ਕਰਵਾ ਕੇ ਆਉਣਾ ਵਿਆਹ ਕਿਸੇ ਹੂਰਥਾਂ ਤੇ ਜਾ ਕੇ ਕਰਵਾਵਾਂਗੇ ਯੂਪੀ ਦੇ ਵਿੱਚੋਂ ਉਹਨੇ ਉਹਨਾਂ ਨੂੰ ਮੁੰਬਈ ਲੈ ਜਾ ਕਰਨਾ ਉੱਥੇ ਇੱਕ ਪਾਰਟ ਟਾਈਮ ਟੈਂਪਰੇਰੀ ਜਾਂ ਵਿਆਹ ਕਰਵਾਉਣਾ ਆਪਣਾ ਹੀ ਉਹਦਾ ਪੰਡਤ ਹੁੰਦਾ ਸੀ ਆਪਣਾ ਹੀ ਸਭ ਕੁਝ ਬਣਾ ਕੇ ਉਦੋਂ ਬਾਅਦ ਉਹਨਾਂ ਨੂੰ ਉਹ ਵੇਚ ਦਿੰਦਾ ਸੀਗਾ ਅਰਬ ਕੰਟਰੀਸ ਵੱਲ ਭੇਜ ਦਿੰਦਾ ਸੀਗਾ ਸੋ ਆਈਵਰੀ ਉਹ ਸਕੂਲ ਬਦਲ ਲੈਂਦਾ ਸੀਗਾ ਤੇ ਹਮੇਸ਼ਾ ਜਿਹੜਾ ਉਹਦਾ ਆਪਰੇਸ਼ਨ ਸੀ ਸਕੂਲਾਂ ਦੇ ਵਿੱਚ ਹੁੰਦਾ ਸੀਗਾ ਸਟੇਟ ਬਦਲ ਲੈਣੀ ਉਸਨੇ ਡਿਸਟ੍ਰਿਕਟ ਬਦਲ ਲੈਣਾ ਸ਼ਹਿਰ ਬਦਲ ਲੈਣਾ ਪਿੰਡ ਬਦਲ ਲੈਣਾ ਇਸ ਤਰੀਕੇ ਕਰਕੇ ਲੰਮਾ ਤਰੀਕਾ ਲੰਮਾ ਟਾਈਮ ਉਹਦਾ ਕੰਮਕਾਰ ਚੱਲਦਾ ਰਿਹਾ ਪਰ ਜਦੋਂ ਪੁਲਿਸ ਨੇ ਸਾਰਾ ਪੈਟਰਨ ਮੈਚ ਕੀਤਾ ਕਿ ਸਿਮਿਲਰ ਘਟਨਾਵਾਂ ਹੋ ਰਹੀਆਂ ਨੇ ਫਿਰ ਉਹ ਬੰਦਾ ਬਸਟ ਹੋ ਗਿਆ ਸੋ ਇਹੋ ਜਿਹੇ ਧੰਦੇ ਇੰਡੀਆ ਦੇ ਵਿੱਚ ਤਾਂ ਬੜੇ ਕਾਮਨ ਨੇ ਹੁਣ ਵੀ ਕਈ ਥਾਵਾਂ ਤੇ ਇਹ ਵਪਾਰ ਹੁੰਦੇ ਨੇ ਆਪਾਂ ਨੂੰ ਪਤਾ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਖਬਰ ਦੇ ਵਿੱਚ ਇੱਕ ਰੋਡ ਦਾ ਨਾਮ ਲਿਆ ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਹੁਣ ਤਾਂ ਸ਼ਾਇਦ ਪੰਜਾਬ ਤੱਕ ਵੀ ਇਹੋ ਜੀਆਂ ਖਬਰਾਂ ਆਉਂਦੀਆਂ ਨੇ ਪੰਜਾਬ ਤੋਂ ਵੀ ਕਈ ਵਾਰੀ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਇੰਡੀਆ ਤੱਕ ਪੰਜਾਬ ਤੱਕ ਤਾਂ ਮੰਨਣ ਚਾਉਂਦੀ ਐ ਕਿ ਚਲੋ ਕਿਤੇ ਨਾ ਕਿਤੇ ਸਿਸਟਮ 'ਚ ਖਰਾਬੀ ਹੁੰਦੀ ਐ ਪਰ ਜਦੋਂ ਇੱਥੋਂ ਖਬਰ ਆਉਂਦੀ ਐ ਕਿ ਹਿਊਮਨ ਟ੍ਰੈਫਿਕਿੰਗ ਇੱਥੋਂ ਤੱਕ ਫੈਲ ਚੁੱਕੀ ਐ ਫਿਰ ਇਦਾਂ ਲੱਗਦਾ ਕਿ ਸਿਸਟਮ ਨੂੰ ਇੱਥੇ ਵੀ ਥੋੜਾ ਜ਼ਿਆਦਾ ਮਜ਼ਬੂਤ ਹੋਣ ਦੀ ਲੋੜ ਐ ਕਿਉਂਕਿ ਟਾਰਗੇਟ ਹਮੇਸ਼ਾ ਮਾਈਨਰ ਹੁੰਦੇ ਐ ਜਿਨ੍ਹਾਂ ਨੂੰ ਪ੍ਰੋਪਰ ਦੁਨੀਆਦਾਰੀ ਦੀ ਸਮਝ ਨਹੀਂ ਹੁੰਦੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਪਹਿਲਾਂ ਹਨੀ ਟ੍ਰੈਪ ਕਰ ਲਿਆ ਜਾਂਦਾ ਜਾਂ ਫਿਰ ਜਿਹੜਾ ਲਾਸਟ ਰਸਤਾ ਹੁੰਦਾ ਐਬਡਕਟ ਵਾਲਾ ਉਹ ਅਪਣਾ ਲਿਆ ਜਾਂਦਾ ਜੀ ਤੇ ਬਾਕੀ ਗੱਲ ਰਹਿ ਗਈ ਵੀ ਇਹ ਜਿਹੜੇ ਜੰਗਲਾ-ਜੁੰਗਲਾਂ ਚ ਆਪਾਂ ਕਹਿ ਸਕਦੇ ਹਾਂ ਰਹਿੰਦੇ ਆ ਲੋਕ ਹਨ ਉਹਨਾਂ ਨੂੰ ਤਾਂ ਜਿਵੇਂ ਦੁਨੀਆਦਾਰੀ ਦਾ ਨਹੀਂ ਸਿਸਟਮ ਦਾ ਨਹੀਂ ਪਤਾ ਹੁੰਦਾ ਹੋ ਸਕਦਾ ਉਹਨਾਂ ਚ ਵੀ ਇੱਕ ਚੀਜ਼ ਹੋਰ ਮੈਂ ਡਾਕੂਮੈਂਟਰੀ ਦੇ ਵਿੱਚ ਪੜਿਆ ਸੀਗਾ ਉਹ ਕਹਿੰਦੇ ਵੀ ਅਸਾਮ ਜਿੱਥੇ ਅਸਾਮ ਹੈਗਾ ਉੱਥੋਂ ਵੀ ਬੜਾ ਟ੍ਰੈਫਿਕਿੰਗ ਹੁੰਦੀ ਆ ਤੇ ਜਦੋਂ ਹੁੰਦੀ ਆ ਤੇ ਇਹੋ ਜਿਹਾ ਸਿਸਟਮ ਆ ਇੰਨਾ ਨੇ ਕਰ ਰੱਖਿਆ ਦਿੱਲੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਬੰਦਾ ਰੇਡ ਮਾਰਦਾ ਹੈ ਜਾਂ ਬੰਦੇ ਰੇਡ ਮਾਰਦੇ ਆ ਐਨ ਜੀਓ ਰੇਡ ਮਾਰਦੇ ਆ ਵੈਸੇ ਪੁਲਿਸ ਤਾਂ ਬਹੁਤ ਘੱਟ ਕਰਦੀ ਆ ਐਫਰਟਸ ਇਹੋ ਜੇ ਐਨ ਜੀਓ ਹੀ ਕਰਦੀਆਂ ਤੇ ਉਹ ਜਦੋਂ ਜਦੋਂ ਰੇਡ ਮਾਰਦੇ ਤਾਂ ਉਹਨਾਂ ਦੇ ਕੋਲੇ ਬਹੁਤ ਹਥਿਆਰ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਸਖਾਸ ਕੋਈਵੇਂ ਦਿੰਦੇ ਆ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨਾਂ ਤੋਂ ਰਹਿ ਹੋ ਨਹੀਂ ਪੰਦੀਆਂ ਆ ਤੇ ਉਹਨਾਂ ਨੂੰ ਖਾਲੀ ਹੱਥ ਮੁਰਨਾ ਪੈਂਦਾ ਤੇ ਰੂਲ ਵੀ ਕੋਈ ਇਹੋ ਜਿਹੇ ਹੁੰਦੇ ਉਹਨਾਂ ਦੇ ਹੱਕ ਚ ਹੋ ਜਾਂਦੇ ਆ ਪਰ ਨਾ ਚਾਹੁੰਦਿਆਂ ਹੋਇਆ ਵੀ ਇਹਨਾਂ ਨੂੰ ਇਹ ਚੀਜ਼ ਹੋ ਜਾਂਦੀ ਹੈ ਦੂਜੀ ਗੱਲ ਇਹ ਸੀਗਾ ਵੀ ਭਈ ਜੇ ਬਾਈ ਚਾਰਸ ਉਹਨਾਂ ਨੇ ਕਿਸੇ ਜਿਹੜਾ ਕੁੜੀ ਨੂੰ ਉਹਨਾਂ ਤੋਂ ਜਾਲ ਚੋਂ ਕੱਢ ਵੀ ਲਿਆ ਜਦੋਂ ਉਹਨਾਂ ਦੇ ਪੇਰੈਂਟਸ ਕੋਲੇ ਛੱਡ ਕੇ ਆਉਂਦੇ ਆ ਤਾਂ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦਾ ਸਮਾਜ ਹੁੰਦਾ ਉਹ ਜਦੋਂ ਪਤਾ ਲੱਗਦਾ ਵੀ ਇਹ ਤਾਂ ਭਈ ਕੁੜੀ ਐ ਹੋ ਗਈ ਸੀ ਕਨੈਪ ਹੋ ਗਈ ਸੀ ਰੌਲਾ ਸਾਰੇ ਪਾਸੇ ਪੈ ਜਾਂਦਾ ਵੀ ਕਨੈਪ ਹੋ ਗਈ ਸੀ ਬਾਅਦ ਚੋਂ ਉਹਨੂੰ ਅਪਣਾਉਂਦੇ ਨੇ ਉਹ ਕਹਿੰਦੇ ਵੀ ਇਹ ਤਾਂ ਐਵੇਂ ਐਵੇਂ ਪਤਾ ਨਹੀਂ ਕਿੱਥੋਂ ਕਿੱਥੋਂ ਜਾ ਕੇ ਆਈਏ ਤੇ ਕਈਆਂ ਨੇ ਤਾਂ ਆਪਦੀ ਮੌਤ ਵੀ ਕਰ ਲਈ ਸੀਗੀ ਵੀ ਹੁਣ ਅਸੀਂ ਵਾਪਸ ਤਾਂ ਅਸੀਂ ਤਾਂ ਵਾਪਸੀ ਜੰਣੀਆਂ ਵੀ ਇੱਥੇ ਸਾਨੂੰ ਸਮਾਜ અપਨਾ ਨਹੀਂ ਰਿਹਾ ਕਿ ਉਹਨਾਂ ਦਾ ਹੀ ਦੋਸ ਸੀਗਾ ਉਹਨਾਂ ਦਾ ਤਾਂ ਕੋਈ ਦੋਸ ਨਹੀਂ ਉਹ ਤਾਂ ਵਿਚਾਰੀਆਂ ਕਨੈਪ ਹੋਈਆਂ ਸੀਗਾ ਸੋ ਇਹ ਚੀਜ਼ ਵੀ ਹੈਗੀ ਵੀ ਸਮਾਜ ਨੂੰ ਵੀ ਥੋੜਾ ਉਹਨਾਂ ਨਾਲ ਕੋਆਪਰੇਟ ਕਰਨਾ ਚਾਹੀਦਾ ਅ ਬਿਲਕੁਲ ਜੀ ਮੇਰੇ ਖਿਆਲ ਜਿਹੜੀ ਡਾਕੂਮੈਂਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਸ਼ਾਇਦ ਇਹ BBC ਦੀ ਬਣਾਈ ਹੋਈ ਆ ਇਹਨਾਂ ਨੇ ਬਹੁਤ ਸਾਰੇ ਟਿਕਾਣੇ ਵੀ ਬਸਤ ਕੀਤੇ ਸੀਗੇ ਤੇ ਐਨ ਜੂ ਵੀ ਇਹਨਾਂ ਦੇ ਨਾਲ ਸੀਗੀਆਂ ਤੇ ਵਾਕਈ ਉਹਨਾਂ ਨੇ ਦਿਖਾਇਆ ਸੀ ਕਿ ਕਿਵੇਂ ਸਿਸਟਮ ਲਾਚਾਰ ਹੈ ਇਹਨਾਂ ਦੇ ਅਕੇ ਉਹਨਾਂ ਨੇ ਜਿਹੜੇ ਇਹ ਬੰਦੇ ਹੈਗੇ ਨੇ ਟਰੈਫਿਕਿੰਗ ਦੇ ਵਿੱਚ ਉਹਨਾਂ ਦੇ ਹਥਿਆਰ ਇਹੋ ਜਿਹੇ ਨੇ ਉਹਨਾਂ ਦੇ ਲਿੰਕ ਇੰਨੇ ਕਿਨੇ ਕੇ ਬੰਦਾ ਚਾਕੇ ਵੀ ਕੁਝ ਨਹੀਂ ਕਰ ਸਕਦਾ ਇਨ ਕੇਸ ਜੇ ਕਿਸੇ ਨੂੰ ਇਹਨਾਂ ਨੇ ਰੈਸਕਿਊ ਕਰ ਲਿਆ ਤੇ ਉਹ ਟਰਾਮਾ ਦੇ ਵਿੱਚ ਉਹਨੇ ਚਲੇ ਜਾਣਾ ਉਹਨੂੰ ਉਹਦੇ ਘਰ ਦਿਆਂ ਨੇ ਉਹਦੀ ਸੁਸਾਇਟੀ ਨੇ ਐਕਸੈਪਟ ਨਹੀਂ ਕਰਨਾ ਸੋ ਡੈਫੀਨਟਲੀ ਹੁਣ ਆਪਾਂ ਇਹ ਟਾਪਿਕ ਸ਼ਾਇਦ ਜ਼ਿਆਦਾ ਲੰਮਾ ਲੈ ਗਏ ਆਂ ਖੈਰ ਪਰ ਇਹ ਸੱਚ ਵਿੱਚ ਬਹੁਤ ਜ਼ਿਆਦਾ ਸੈਂਸਿਟਿਵ ਟਾਪਿਕ ਆ ਇਹਦੇ ਬਾਰੇ ਲੋਕਾਂ ਨੂੰ ਅਵੇਅਰ ਹੋਣ ਦੀ ਵੀ ਲੋੜ ਆ ਆਪਾਂ ਇਹ ਵੀ ਕੋਸ਼ਿਸ਼ ਕਰਾਂਗੇ ਬ੍ਰਾਦਰ ਸਾਹਿਬ ਕਿ ਉਸ ਡਾਕੂਮੈਂਟਰੀ ਦਾ ਲਿੰਕ ਵੀ ਇਸ ਖਬਰ ਦੇ ਆਪਾਂ ਦਈਏ ਕਮੈਂਟ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਅਵੇਰਨੈਸ ਪਤਾ ਲੱਗੇ ਸੱਚ ਆ ਸੈਂਸਿਟਿਵ ਕੇਸ ਕਿ ਇੰਡੀਆ ਦੇ ਵਿੱਚ ਹੁੰਦਾ ਇਹੋ ਜਿਹਾ ਕੁਝ ਹੁਣ ਇਥੋਂ ਤੱਕ ਦਸਤਕ ਦੇਣ ਲੱਗ ਪਿਆ ਜੀ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਤੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਹਾਨੂੰ ਲੱਗਦਾ ਆਸ-ਪਾਸ ਕੋਈ ਇਹੋ ਜਿਹੀ ਚੀਜ਼ ਹੋ ਰਹੀ ਹੈ ਤਾਂ ਪਲੀਜ਼ ਇਨਫੋਰਮ ਜ਼ਰੂਰ ਕਰੋ ਇੱਕ ਜ਼ਿੰਦਗੀ ਨੂੰ ਗਲਤ ਹੱਥਾਂ ਤੋਂ ਗਲਤ ਪਾਸੇ ਤੁਸੀਂ ਬਚਾ ਸਕਦੇ ਆ ਬਹੁਤ ਬਹੁਤ ਧੰਨਵਾਦ